18 घंटा मैं सौ लिया, बाकी होर कोई नहीं सुता। बाई शोपरी चलाई जाता कंप्यूटर। मैं हम 10 किले एक करते ही 6 किलिया चली जाता कंप्यूटर। अगले 6 किलिया च माड़ा जहा घा है उसे तवियां मार के फिर उस जोड़ा है, फिर देखते हैं उस बाद जोड़ना की नहीं। ब्रानी जी मत्था मरावांगे, कहंदे ज्ञानी जी नूं चा है। लो भाई जी आ दो किले भी करते थे, ये भेड़े तां लगियां दे झकाव वाला सी, तुहानूं पता ही है जिन्हां ने कंप्यूटर चलाया भी घा च सफाई नहीं आउंदी, कजरे च सफाई नहीं आउंदी कदे, तां करके रोल कदोल जिहा कीता है। दो गियां ही बन गईयां सी, इक लैवल उच्चा करके उस तों बाद की जाणा है
ਲੈ ਚਲੋ ਮੇਰੇ ਭਲਾ ਦੋ ਜਣੇ ਤਿੰਨੇ ਟਰੈਕਟਰ ਲਿਆਓ ਮੈਂ ਤਾਂ ਬੁਲਟ ਤੇ ਜਾਊਂਗਾ ਹੁਣ ਮੈਨੂੰ ਆਉਣ ਲੱਗ ਗਈ ਬਾਈ ਨੀਂਦ 29-30 ਘੰਟੇ ਹੋ ਗਏ ਉੱਠੇ ਨੂੰ ਤਾਂ ਕਰਕੇ ਹੁਣ ਆਏ ਹਾਂ ਵੀ ਮਾੜਾ ਮੋਟਾ ਕੰਮ ਹੋਵੇ ਤਾਂ ਚੱਲ ਜੂਗਾ ਚੱਲ ਵੀ ਚਲਾ ਸਕਦੇ ਸੀ ਕੰਮ ਪਰ ਹਾਏ ਭੈਣ ਚੋੜੀ ਤੇ ਸਾਹਿਬ ਦਾ ਚੜ੍ਹਦਾ ਪਰ ਗੱਲ ਇੰਨੀ ਵੀ 17 ਕਿੱਲੇ ਉਹ ਤੇ 4 ਕਿੱਲੇ ਆ 21 ਕਿੱਲੇ ਪਏ ਹਜੇ 21 ਕਿੱਲੇ ਤਾਂ ਬਿਨਾਂ ਸੁੱਤੇ ਹੁੰਦੇ ਨਹੀਂ ਨਾ ਮੇਰੇ ਕੋਲ ਵੀ ਡਰਾਈਵਰ ਇੱਕ ਬਾਈ ਜਿਹੜਾ ਆਇਆ ਸੀ ਆਪਣਾ ਮੈਂ ਤਾਂ ਕਿਹਾ ਚੱਲ ਚਲਾ ਲੂਗਾ ਪਰ ਲੋਟ ਆਇਆ ਨਹੀਂ ਬਾਈ ਤੋਂ ਤਾਂ ਕਰਕੇ ਫਿਰ ਚਲਾਉਣਾ ਆਪ ਨੂੰ ਪਊਗਾ ਬਾਈ ਸ਼ੋਪਰੇ ਦੀ ਵੀ ਦੇਖੋ ਹੁਣ ਸ਼ਾਮ ਨੂੰ ਆਉਂਦਾ ਕਿ ਨਹੀਂ ਜੇ ਤਾਂ ਆ ਗਿਆ ਫਿਰ ਤਾਂ ਰਾਤੋਂ ਰਾਤ 21 ਕਿੱਲੇ ਕਰ ਦਾਂਗੇ ਨਾ ਆਇਆ ਤਾਂ ਕੀ ਕਹਿਣਾ ਰਾਤ ਨੂੰ ਨੀਂਦ ਪੂਰੀ ਕਰ ਲੂਗਾ ਸਵੇਰੇ ਟਾਈਮ ਨਾਲ ਆ ਜੂਗਾ ਹੁਣ ਕਿਹਾ ਤਾਂ ਹੈ 5 ਵਜੇ ਆ ਜੂਗਾ ਬਾਕੀ ਦੇਖੋ ਆਉਂਦਾ ਕਿ ਨਹੀਂ ਲੱਗ ਜੂ ਪਤਾ ਤੁਹਾਨੂੰ ਬਲੌਗ ਜੱਗੇ ਆਪਾਂ ਬੁਲਟ 'ਤੇ ਦੂਜੇ 7 ਕਿੱਲਿਆਂ ਨਹੀਂ ਅਤੇ ਟਾਈਮ ਹੋ ਗਿਆ ਮੈਨੂੰ ਲੱਗਦਾ 7:30 ਅਤੇ ਕੱਲ੍ਹ ਸਵੇਰੇ 8 ਵਜੇ ਉੱਠੇ ਸੀ ਅਤੇ ਉਹ ਤੋਂ ਬਾਅਦ ਮੈਂ ਟੋਟਲ 2.5 ਘੰਟੇ ਸੌਂ ਚੁੱਕਿਆ ਓਵਰਆਲ 2.5 ਘੰਟੇ ਆਪਾਂ ਨੀਂਦ ਲੈ ਲਈ ਹੈ ਘੰਟੇ ਤੁਸੀਂ ਆਪੇ ਬਣਾ ਲਿਓ ਹੁਣ ਕਿੰਨੇ ਬਣਦੇ ਆ ਉਹ ਨਹੀਂ ਮੈਨੂੰ ਪਤਾ ਇੰਨਾ ਹਿਸਾਬ ਕਿਤਾਬ ਲਾਉਣ ਦਾ ਟਾਈਮ ਹੀ ਨਹੀਂ ਓਹੋ ਕਾਲੇ ਤੋਂ ਵੀ ਛਾਲ ਮਾਰਨੀ ਪਊ ਪਹਿਲਾਂ ਮੇਰਾ ਇੱਥੇ ਡਿੱਗਿਆ ਸੀ ਪੈਰ ਐਤਕੀ ਇਹਦਾ ਕੰਮ ਨਾ ਅੱਜ ਜਿਹੜੇ 7 ਕਿੱਲਿਆਂ 'ਚ ਆਏ ਆ ਮੈਂ ਸੋਚਿਆ ਹੀ ਨਹੀਂ ਸੀ ਵੀ ਭੈਣ ਚੋ ਇੰਨਾ ਪੱਧਰ ਵਾਹਣ ਹੋਊਗਾ ਇਹ ਸਾਰਾ ਵਾਹਣ 0 ਲੈਵਲ ਹੈ ਜਮਾ 0 ਲੈਵਲ ਭੈਣ ਚੋ ਜਿਹੜੇ ਮਰਜ਼ੀ ਪਾਸੇ ਚੱਲ ਜਾਓ ਵੀ ਮਾੜੀ ਮੋਟੀ ਤਾਂ ਚੱਲ ਵੀ ਮਿੱਟੀ ਵੱਧ ਘੱਟ ਹੁੰਦੀ ਹੈ ਮੰਨਦਾ ਮੈਂ ਪਰ 21 ਲੈਵਲ 'ਤੇ ਪੂਰੇ ਵਾਹਣ 'ਚ ਮਿੱਟੀ ਹੈਗੀ ਹੈ ਸਿਰਫ ਇੱਕ ਜਗ੍ਹਾ ਤੋਂ ਜਿੱਥੋਂ ਲੋਕਾਂ ਨੇ ਲੀਹ ਪਾ ਲਈ ਸੀ ਵਾਹਣ 'ਚ ਵਿਹਲੇ ਵਾਹਣ 'ਚ ਉੱਥੇ ਥਾਂ ਨੀਵੇਂ ਬਾਕੀ ਸਾਰੇ ਵਾਹਣ 'ਚ ਇੱਕੋ ਲੈਵਲ 'ਤੇ ਮਿੱਟੀ ਚੱਲਦੀ ਹੈ ਲਾਗੀ ਨਜ਼ਰ ਭੈਣ 'ਚੋਂ ਸੱਚ ਤੁਹਾਨੂੰ ਜਲਵਾ ਤਾਂ ਹੋਣਾ ਸੀ ਇਹਦਾ ਹੈ ਨਾ ਮਤਲਬ ਸਭ ਤੋਂ ਲੰਬਾ ਚੱਲੀ ਜਾਂਦਾ ਕੰਮ ਦਾ ਟਾਈਮ ਵੀ ਲਗਾਤਾਰ ਕੰਮ ਕਰੀ ਜਾਂਦੇ ਹਾਂ ਜਿਹੜਾ ਬਹੁਤ ਲੰਬਾ ਹੋ ਗਿਆ ਅਤੇ ਆਹ 3 ਕਿੱਲੇ ਸੀਗੇ ਇੱਕ 7 ਕਿੱਲਿਆਂ 'ਚ 2 ਟੱਕ ਹੈ 3 ਕਿੱਲੇ ਹੈ 3 ਕਿੱਲਿਆਂ 'ਚ ਜਿਵੇਂ ਚੌੜਾਈ ਹੈ ਜਿਹੜੀ ਉਹ ਤਾਂ ਕਿੱਲੇ ਦੀ ਹੈ ਅਤੇ ਲਾਮ ਹੈ 3 ਕਿੱਲੇ ਜਿਹੜੀ ਢਾਲ ਦਿੱਤੀ ਹੈ ਕਿਉਂਕਿ ਬੜੀ ਰੇਤਲੀ ਜ਼ਮੀਨ ਹੈ ਢਾਲ ਵਾਹਵਾ ਦਿੱਤੀ ਹੈ ਇਹਨੂੰ ਫਿਰ ਤਾਂ ਕਰਕੇ ਛੋਟੇ ਲੋਟ ਲਾਈ ਜਾਂਦਾ ਵਾ ਹੁਣ ਵੀ ਲੈਟ ਲਾਈ ਨਹੀਂ ਮਗਰ ਲਈ ਕਲਿੰਕਰਾਂ ਤੇ ਚੱਲੀ ਜਾਂਦਾ